ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ 'ਚ ਬਣੇ ਪਾਰਕ ਅਤੇ ਸਮਾਰਕ ਦੀ ਦੇਖ ਰੇਖ ਲਈ ਸਰਕਾਰ ਵੱਲੋਂ ਲੱਖਾਂ ਰੁਪਏ ਦਾ ਬਿਜਲੀ ਦਾ ਬਿੱਲ ਨਾ ਭਰੇ ਜਾਣ ਕਾਰਨ ਬਿਜਲੀ ਬੋਰਡ ਵਿਭਾਗ ਵੱਲੋਂ ਇੱਥੋਂ ਦਾ ਕਨੈਕਸ਼ਨ ਕੱਟ ਦਿੱਤੇ ਜਾਣ 'ਤੇ ਡੇ ਐਂਡ ਨਾਈਟ ਨਿਊਜ਼ ਚੈਨਲ ਵੱਲੋਂ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਸੁਤੰਤਰਤਾ ਸੰਗਰਾਮੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਕੋਲ ਸ਼ਹੀਦਾਂ ਦੇ ਯਾਦਗਾਰੀ ਸਥਾਨਾਂ ਦੇ ਬਿੱਲ ਭਰਨ ਲਈ ਕੋਈ ਪੈਸਾ ਨਹੀਂ ਹੈ ਤਾਂ ਉਹ ਜ਼ਿਲ੍ਹੇ 'ਚ ਪੈਸਾ ਇਕੱਠਾ ਕਰਕੇ ਸ਼ਹੀਦਾਂ ਦੇ ਯਾਦਗਾਰੀ ਸਥਾਨ ਦਾ ਬਿੱਲ ਭਰਨ ਲਈ ਤਿਆਰ ਨੇ। ਡੇ ਐਂਡ ਨਾਈਟ ਚੈਨਲ ਤੋਂ ਇਹ ਖਬਰ ਸੁਣ ਕੇ ਕਿਉਂਕਿ ਸ਼ਹੀਦ ਭਗਤ ਸਿੰਘ ਦੇ ਸਮਾਰਕ ਦੇ ਉੱਤੇ ਲਾਈਟਾਂ ਨਹੀਂ ਜਗ ਰਹੀਆਂ ਕਿਉਂਕਿ ਉਸ ਦਾ ਬਿੱਲ ਨਹੀਂ ਦਿੱਤੇ ਗਏ ਬਿਜਲੀ ਦੇ ਅਤੇ ਉਹ ਕਨੈਕਸ਼ਨ ਕੱਟਿਆ ਹੋਇਆ ਅਤੇ ਬਾਦਲ ਸਾਹਿਬ ਦੇ ਜਾਣ 'ਤੇ ਕੁੰਡੀ ਕਨੈਕਸ਼ਨ ਨਾਲ ਸਿਰਫ ਚਾਲੂ ਕੀਤਾ ਗਿਆ ਉੱਥੇ ਲਾਈਟਾਂ। ਇਹ ਸੁਣ ਕੇ ਬੜਾ ਦੁੱਖ ਹੋਇਆ ਵੀ ਇਹਨਾਂ ਸ਼ਹੀਦਾਂ ਦੇ ਸਮਾਰਕਾਂ ਦੀ ਖਾਤਰ ਵੀ ਸਰਕਾਰ ਕੋਲ ਬਿੱਲ ਦੇਣ ਨੂੰ ਪੈਸੇ ਨਹੀਂ ਤਾਂ ਅਸੀਂ ਸਾਰਾ ਪਰਿਵਾਰ ਸਾਡੇ ਇਲਾਕੇ 'ਚ ਪਿੰਡ ਪਿੰਡ ਫਿਰ ਕੇ ਪੈਸਾ ਇਕੱਠਾ ਕਰਕੇ ਲੋਕਾਂ ਤੋਂ ਇਹ ਬਿੱਲ ਦੇਣ ਨੂੰ ਤਿਆਰ ਹਾਂ ਜੇ ਸਰਕਾਰ ਨਹੀਂ ਦੇ ਸਕਦੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।